हां जी दोस्तों एमडी जॉब अलर्ट्स चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਦਫਤਰ ਜ਼ਿਲ੍ਹਾ ਪ੍ਰੋਗਰਾਮ ਆਫਸਰ ਦੇ ਅਧੀਨ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਵੱਲੋਂ ਜੀ ਜੋਸ਼ਕੀ ਬਨ ਸਟਾਪ ਸੈਂਟਰ ਹੁੰਦੇ ਜੀ ਉਸ ਦੇ ਅਧੀਨ ਸਕੀਮ ਅੰਡਰ ਜੀ ਬਕਬਕ ਪੋਸਟਾਂ ਅਨਾਉਂਸ ਕੀਤੀਆਂ ਗਏ ਨੇ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਜੀ ਇਸ ਵੀਡੀਓ ਰਾਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਜੀ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਅਸੀਂ ਬਹੁਤ ਮਿਹਨਤ ਨਾਲ ਅਸੀਂ ਪੋਸਟਾਂ ਨੂੰ ਲੱਭਦੇ ਹਾਂ ਤੇ ਫਿਰ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਰਹਾਂ ਤਾਂ ਕਰਕੇ ਇਸ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਅਗਰ ਤੁਹਾਨੂੰ ਜੌਬ ਦੀ ਨਹੀਂ ਜਰੂਰਤ ਤਾਂ ਕਿਸੇ ਨਾ ਕਿਸੇ ਨੂੰ ਜੌਬ ਦੀ ਜ਼ਰੂਰਤ ਹੁੰਦੀ ਹੈ ਤੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਉਹ ਜੌਬ ਨੂੰ ਹਾਸਲ ਕਰ ਸਕਣ ਜੀ ਹਾਂਜੀ ਅਗਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਉਸ ਸਬੰਧੀ ਜਾਣਕਾਰੀ ਜਾਂ ਕੋਈ ਕੰਪੀਟੀਟਿਵ ਇਗਜ਼ਾਮ ਆਉਂਦਾ ਹੈ ਜੀ ਪੰਜਾਬ ਦੇ ਵਿੱਚ ਉਸ ਸਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜੀ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਸਾਡੇ ਉਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜੀ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉ ਜਾਂ ਕੋਈ ਐਪਲੀਕੇਸ਼ਨ ਫਾਰਮ ਹੁੰਦਾ ਜਿਸ ਨੂੰ ਭਰ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੁੰਦਾ ਉਸ ਦੀ ਪੀਡੀਐਫ ਫਾਈਲ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰ ਦਿਆ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਅਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਟਿਆਲਾ ਦੇ ਵੱਲੋਂ ਭਰਤੀ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਸ ਤੇ ਅੱਜ ਜਾਰੀ ਕੀਤਾ ਗਿਆ ਅੱਜ ਦੇ ਨਿਊਜ਼ਪੇਪਰ ਦੇ ਵਿੱਚ ਜਿਸ ਦੇ ਵਿੱਚ ਜੋ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਹੈ ਜੀ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪਟਿਆਲਾ ਵਿੱਚ ਜੋ ਸਖੀ ਵਨ ਸਟਾਪ ਸੈਂਟਰ ਹੈ ਜੀ ਉਸ ਦੇ ਅਧੀਨ ਸਕੀਮ ਤਹਿਤ ਜੀ ਇਹ ਲਿਖਿਆ ਸਾਮੀਆਂ ਭਰਨ ਲਈ ਜੀ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਹੈ ਜੀ ਸਭ ਤੋਂ ਪਹਿਲਾਂ ਪੋਸਟ ਜੋ ਜਾਰੀ ਕੀਤੀ ਗਈ ਹੈ ਸੈਂਟਰ ਐਡਮਿਨਿਸਟ੍ਰੇਟਰ ਦੀ ਪੋਸਟ ਹੈ ਜੀ ਪੋਸਟਰ ਦੀ ਗਿਣਤੀ 1 ਹੈ ਜੋ ਕਿ ਫੀਮੇਲ ਸਟਾਫ ਲਈ ਜੀ ਰਾਖਮੀ ਰੱਖੀ ਗਈ ਹੈ ਜੀ ਇਸ ਦੇ ਵਿੱਚ ਜੋ ਤਨਖਾਹ ਦੀ ਗੱਲ ਕਰੀਏ ਤਾਂ ਤਨਖਾਹ ਦਿੱਤੀ ਜਾਵੇਗੀ ਜੀ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜੀ ਉਸ ਤੋਂ ਬਾਅਦ ਨੈਕਸਟ ਪੋਸਟ ਹੈ ਜੀ ਪੋਸਟ ਦਾ ਨਾਮ ਹੈ ਜੀ 23 ਵਰਕਰ ਇਸ ਦੇ ਵਿੱਚ ਪੋਸਟਾਂ ਦੀ ਗਿਣਤੀ 2 ਹੈ ਜੋ ਕਿ ਫੀਮੇਲ ਕੈਂਡੀਡੇਟ ਦੇ ਲਈ ਰਾਖਵੇਂ ਰੱਖਿਆ ਗਿਆ ਨੇ ਜਿਸ ਦੇ ਵਿੱਚ ਇੱਕ ਜਨਰਲ ਲਈ ਹੈ ਤੇ ਇੱਕ ਐਸ்சி ਕੈਟਾਗਰੀ ਲਈ ਰਾਖਵੀਂ ਰੱਖੀ ਗਈ ਹੈ ਜੀ ਤਨਖਾਹ ਦੀ ਗੱਲ ਕਰੀਏ ਤਾਂ ਜੀ 12000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜੀ ਉਸ ਤੋਂ ਬਾਅਦ ਨੈਕਸਟ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਕਾਉਂਸਲਰ ਦੀ ਪੋਸਟ ਹੈ ਜਿਸ ਦੇ ਵਿੱਚ ਫੀਮੇਲ ਕੈਂਡੀਡੇਟ ਲਈ ਰਾਖਵੀਂ ਰੱਖੀ ਗਈ ਹੈ ਪੋਸਟਾਂ ਦੀ ਗਿਣਤੀ 1 ਹੈ ਜੀ ਤਨਖਾਹ ਦੀ ਗੱਲ ਕਰੀਏ ਤਾਂ ਜੀ ਮੰਥਲੀ ਸੈਲਰੀ ਸਟਾਫ ਨੂੰ ਦਿੱਤੀ ਜਾਵੇਗੀ ਜੀ 15000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਜੀ ਤੁਸੀਂ ਨੋਟ ਕਰ ਸਕਦੇ ਹੋ ਕਿ ਇਹ ਜੋ ਪੋਸਟਾਂ ਅਨਾਉਂਸ ਕੀਤੀਆਂ ਕਿਹਨੇ ਜੀ ਫੀਮੇਲ ਕੈਂਡੀਡੇਟਸ ਦੇ ਲਈ ਅਨਾਉਂਸ ਕੀਤੀਆਂ ਕਿਹਨੇ ਜੀ ਉਹਨਾਂ ਲਈ ਮੌਕਾ ਹੈਗਾ ਜੀ ਇਸਤਰੀਆਂ ਦੇ ਲਈ ਜੋ ਅਪਲਾਈ ਕਰਨ ਦੇ ਲਈ ਅਰਜ਼ੀਆਂ ਜੋ ਪ੍ਰਾਪਤ ਕਰਨ ਦੀ ਆਖਰੀ ਮਿਤੀ ਰੱਖੀ ਗਈ ਜੀ 5 ਅਗਸਤ 2022 ਤੱਕ ਸ਼ਾਮ 5 ਵਜੇ ਤੱਕ ਤੁਸੀਂ ਰਜਿਸਟਰਡ ਡਾਕ ਰਾਹੀਂ ਜਾਂ ਦਸਤੀ ਇਨਾਂ ਦੇ ਪਤੇ ਦੇ ਉੱਤੇ ਭੇਜ ਸਕਦੇ ਹਾਂ ਜੀ ਜੋ ਭਾਰਤੀ ਦੀਆਂ ਸ਼ਰਤਾਂ ਤੇ ਬਾਨਾਂ ਤੇ ਲੋੜੀ ਦੀਆਂ ਵਿਦਿਕ ਯੋਗਤਾਵਾਂ ਸੰਬੰਧੀ ਜੀ ਨੋਟੀਫਿਕੇਸ਼ਨ ਆਇਆ ਉਹ ਜਿਲ੍ਹਾ ਪਟਿਆਲਾ ਦੀ ਜਿਹੜੀ ਸਰਕਾਰੀ ਵੈਬਸਾਈਟ ਹੈ ਜੀ www.patiala.nic.in ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਭਾਰਤੀ ਸੰਬੰਧੀ ਕਿਸੇ ਵੀ ਅ ਸੋਧ ਨੂੰ ਕੇਵਲ ਜੋ ਉਪਰੋਕਤ ਵੈਬਸਾਈਟ ਹੈ ਜੀ ਇਹਨਾਂ ਦੀ ਪਟਿਆਲਾ ਦੀ ਉਸ ਸਰਕਾਰੀ ਵੈਬਸਾਈਟ ਆ ਉਸ ਦੇ ਉੱਤੇ ਜਾਰੀ ਕੀਤਾ ਜਾਵੇਗਾ ਜੀ ਕਾਉਂਸਲਿੰਗ ਲਈ ਸੂਚਨਾ ਵੀ ਇਸੇ ਵੈਬਸਾਈਟ ਦੇ ਉੱਤੇ ਜਾਰੀ ਕੀਤੀ ਜਾਵੇਗੀ ਜੀ ਉਪਰੋਕਤ ਅਸਾਮੀਆਂ ਲਈ ਜਿੰਨਾ ਉਮੀਦਵਾਰ ਨੇ ਸਟਾਰ ਤੋਂ ਪਹਿਲਾਂ ਪ੍ਰਕਾਸ਼ ਤੋਂ ਇਸ ਦਾ ਅਰ ਅਵਸਾਰ ਅਪਲਾਈ ਕੀਤਾ ਹੈ ਉਹਨਾਂ ਉਮੀਦਵਾਰਾਂ ਨੂੰ ਅਪਲਾਈ ਕਰਨਾ ਲਾਜ਼ਮੀ ਹੋਵੇਗਾ ਜੀ ਉਹਨਾਂ ਨੇ ਵੀ ਮੁਰ ਤੋਂ ਅਪਲਾਈ ਕਰਨਾ ਹੈਗਾ ਜੀ ਇਹ ਹੈ ਜੀ ਨਰੇਸ਼ ਕੁਮਾਰ ਮੈਂਬਰ ਸਕੱਤਰ ਵਨ ਸਟਾਪ ਸੈਂਟਰ ਪ੍ਰਬੰਧਕ ਕਮੇਟੀ ਕਮ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਟਿਆਲਾ ਦੇ ਵੱਲੋਂ ਜਾਰੀ ਕੀਤਾ ਗਿਆ ਜੀ ਇਸਨਾਂ ਅਜਨੀਆਂ ਪੋਸਟਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਅਗੇ ਤੋਂ ਨਵੀਂ-ਨਵੀਂ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਰਾਂਗੇ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ